ਆ ਬਲ ਇੰਟਰਪ੍ਰਾਈਜ਼ ਵਾਲੇ ਟੀਵੀਐਸ ਮੋਟਰਸਾਈਕਲਾਂ ਦੀ ਏਜੰਸੀ ਹੈ ਇਹਨਾਂ ਨੇ ਵੀਰਾਂ ਨੇ ਆਪਣੇ ਦੇਸ਼ ਆ ਕੇ ਲਾਂਡੋਵਾਲ ਚੌਂਕ ਦੇ ਵਿੱਚ ਅਸੀਂ ਅੰਦਰ ਨੂੰ ਮੁੜ ਕੇ ਲਾਂਡੋਵਾਲ ਉੱਥੇ ਖੜੇ ਹਾਂ ਜੀ ਅਤੇ ਇੱਕ ਬੱਚਾ ਇਹਨਾਂ ਨੇ ਸਾਨੂੰ ਕਾਫੀ ਵੇਰ ਫੋਨ ਪਹਿਲਾਂ ਵੀ ਕੀਤਾ ਭੈਣ ਆ ਉੱਥੇ ਟੀਵੀਐਸ ਮੋਟਰਸਾਈਕਲ ਏਜੰਸੀ ਵੀ ਲੱਗੀ ਹੋਈ ਉਹਨਾਂ ਨੇ ਫੋਟੋਆਂ ਭੇਜੀਆਂ ਸਾਨੂੰ ਇਸ ਬੱਚੇ ਦੀਆਂ ਦੋ ਤਿੰਨ ਵਾਰ ਅਤੇ ਫੋਨ ਵੀ ਕਈ ਵਾਰ ਸਾਡੇ ਨਾਲ ਗੱਲ ਹੋਈ ਫੋਨ 'ਤੇ बच्चे बिठा के इतने अपना नाम भी दस्या आशीष ਕਿੰਨੇ ਟਾਈਮ ਤੋਂ ਮਾਤਾ ਜੀ ਇੱਥੇ ਡੇਢ ਪੌਣੇ ਦੋ ਸਾਲ ਤੋਂ ਤਕਰੀਬਨ ਕੋਈ ਅੰਦਾਜ਼ਾ ਨਹੀਂ ਹੈਗਾ ਇੱਥੇ ਘੁੰਮ ਰਿਹਾ ਜਿਹੜੇ ਇਹਨਾਂ ਨੇ ਸਾਨੂੰ ਦੋ ਤਿੰਨ ਵਾਰ ਫੋਨ ਕੀਤਾ ਪਿਛਲੇ ਮਹੀਨੇ ਅਤੇ ਸਾਤੋਂ ਆ ਨਹੀਂ ਹੋਇਆ ਕਿਉਂਕਿ ਕੁਛ ਸਾਰੀਆਂ ਸੰਗਤਾਂ ਨੂੰ ਪਤਾ ਵੀ ਅਸੀਂ ਥੋੜ੍ਹੇ ਬਿਜ਼ੀ ਸੀਗੇ ਕੁਛ ਬੰਦੇ ਬਿਮਾਰ ਜ਼ਿਆਦਾ ਸੀਗੇ ਅਤੇ ਅੱਜ ਅਸੀਂ ਇਹਨਾਂ ਦਾ ਭੈਣ ਦਾ ਫਿਰ ਦੁਬਾਰਾ ਫੋਨ ਆਇਆ ਤਾਂ ਅਸੀਂ ਫ੍ਰੀ ਸੀ ਹੋਸਪਿਟਲ ਤੋਂ ਅਸੀਂ ਜਲਦੀ ਇੱਥੇ ਪਹੁੰਚੇ ਸਾਡੇ ਅਤੇ ਇਹ ਬੱਚੇ ਨੂੰ ਅਸੀਂ ਲੱਭ ਕੇ ਹੁਣ ਇੱਥੋਂ ਲੈ ਕੇ ਆਏ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕੱਪੜੇ ਵਗੈਰਾ ਕਿੰਨੇ ਗੰਦੇ ਵੀਰ ਦੱਸਦਾ ਵੀ ਇੱਕ ਡੇਢ ਮਹੀਨੇ ਤੋਂ ਘੱਟੋ ਘੱਟ ਜੈਕਟ ਪਾਈ ਹੋਈ ਆ ਇਹ ਜਿਹੜੀ ਉੱਪਰ ਦੀ ਪਾ ਦਿੰਦੇ ਆ ਬਸ ਉੱਦਾਂ ਹੀ ਰੱਖਦਾ ਇੱਕ ਦੋ ਤਿੰਨ ਇੱਦਾਂ ਦੇ ਕੱਪੜੇ ਥੱਲੇ ਜੀ ਦੇਖੋ ਕਿੰਨੇ ਕੱਪੜੇ ਆ ਚਾਰ ਅਲੱਗ ਪੰਜ ਬੜੀ ਮਾੜੀ ਹਾਲਤ ਦੇ ਵਿੱਚ ਕਦੇ ਨਹਾਤਾ ਨਹੀਂ ਵੀਰ ਕਹਿੰਦੇ ਡੇਢ ਸਾਲ ਤੋਂ ਕਦੇ ਨਹਾਤਾ ਇਹ ਜੀ ਅਸੀਂ ਵੀ ਦੇਖਿਆ ਜੀ ਕਦੇ ਮਹੀਨੇ ਦੋ ਮਹੀਨੇ ਬਾਅਦ ਵਾਲੇ ਕਦੇ ਕੱਟੇ ਗਏ ਨੇ ਕੱਟੇ ਸੀ ਸ਼ਰਮਾ ਪਾ ਕੇ ਉਹ ਰੱਖਿਆ ਤੇ ਉਹਨਾਂ ਨੇ ਕੱਟਾਇਆ ਕੱਟਦੇ ਆ ਅੱਜ ਤੱਕ ਕਦੇ ਬੋਲਿਆ ਨਹੀਂ ਸੀ ਅਸੀਂ ਵੀਰ ਨੂੰ ਪੁੱਛਿਆ ਇਹਨਾਂ ਬੱਚੇ ਨੂੰ ਇਹਦਾ ਨਾਮ ਕੀ ਆ ਤੇ ਇਹਨੇ ਨਾਮ ਵੀ ਦੱਸਿਆ ਆਸ਼ੀਸ਼ ਤੇ ਅੱਜ ਦੱਸਦਾ ਜੀ ਅੱਜ ਕਹਿ ਰਿਹਾ ਜੀ ਅੱਜ ਕਿੰਨੇ ਸੀ ਯਾਰ ਹਾਂਜੀ ਜਿਹੜੇ ਕਿ ਅੱਜ ਇਹ ਬੋਲਿਆ ਪੌਣੇ ਦੋ ਸਾਲਾਂ ਤੋਂ ਰਹੇ ਗਏ ਇਸ ਏਰੀਏ 'ਚ ਘੁੰਮਦਾ ਵਾ ਬੱਚਾ ਅਤੇ ਇਹ ਬੜਾ ਜਾਣੀ ਕਿ ਵੱਡਾ ਉਪਰਾਲਾ ਵਾ ਭੈਣ ਨੇ ਸਾਨੂੰ ਫੋਨ ਕੀਤਾ ਵੀਰ ਹੋਣੀ ਜਿਹੜੇ ਮਾਤਾ ਜੀ ਹੋਣੀ ਖੜ੍ਹੇ ਆ ਰੋਟੀ ਵੀ ਆਂਢ ਗੁਆਂਢ ਦੇ ਲੋਕ ਇਹਨੂੰ ਜਿਹੜਾ ਜਦੋਂ ਕਿਤੇ ਇਹਨੇ ਖਾਣਾ ਪੀਣਾ ਹੁੰਦਾ ਜੋ ਮੰਗ ਲੱਗਣਾ ਅਸੀਂ ਦੇ ਦਿੰਦੇ ਸੀ ਕੱਪੜੇ ਵਗੈਰਾ ਵੀ ਸਰਦੀਆਂ ਨੂੰ ਨਿਕਲ ਕੇ ਗਈਆਂ ਇਹਨਾਂ ਵੀ ਆਂਢ ਗੁਆਂਢ ਦੇ ਲੋਕਾਂ ਨੇ ਖਵਾਏ ਹੋਏ ਆ ਪੈਂਟਾਂ ਵਗੈਰਾ ਵੀ ਇਹਨੇ ਦੇਖੋ ਫਟੀਆਂ ਪਏ ਕੱਪੜੇ ਬਿਲਕੁਲ ਹੀ ਅਤੇ ਆਹ ਥੱਲੇ ਦੀ ਇੱਕ ਕੋਈ ਬਾਈ ਜਾਣੀ ਕਿ ਇਸ ਖਿਲਾਫ ਦੇ ਵਿੱਚ ਘੁੰਮ ਰਿਹਾ ਬੱਚਾ ਅਤੇ ਪੰਜਾਬ ਦੇ ਵਿੱਚ ਆਪਾਂ ਇੰਨੇ ਗੁਰਦੁਆਰੇ ਇੰਨੀਆਂ ਸੰਸਥਾਵਾਂ ਇੰਨੇ ਆ ਵੱਡੇ ਵੱਡੇ ਆਪਣੇ ਚੱਲਦੇ ਨੇ ਪ੍ਰੋਜੈਕਟ ਉਹਦੇ ਵਿੱਚ ਕਿਸੇ ਵੀ ਇਹਨਾਂ ਨੂੰ ਥਾਂ ਨਹੀਂ ਹੈਗੀ ਲਿਬਾਸ ਬੰਦਿਆਂ ਨੂੰ ਜਿੱਥੇ ਰੱਖਿਆ ਜਾਂ ਕੋਈ ਸ਼ੈਲਟਰ ਬਣਾਇਆ ਹੋਇਆ ਸੀ ਕੋਈ ਇਹਦੇ ਵਾਸਤੇ ਹੈਗੇ ਬੱਚਾ ਦੋ ਸਾਲਾਂ ਤੋਂ ਪੌਣੇ ਦੋ ਸਾਲਾਂ ਤੋਂ ਇੱਥੇ ਇਸ ਏਰੀਏ ਦੇ ਵਿੱਚ ਘੁੰਮਦਾ ਉਹ ਪਰਿਵਾਰ ਜਿਹੜੇ ਵੱਡੇ ਵੀਰਾਂ ਦਾ ਸਾਰਿਆਂ ਦਾ ਜਿਹੜੇ ਲੋਕ ਇਹਨੂੰ ਰੋਟੀ ਪਾਣੀ ਦਿੰਦੇ ਸੀ ਜਾਂ ਕੱਪੜੇ ਪਵਾਉਂਦੇ ਸੀ ਬੜਾ ਵੱਡਾ ਉਹਨਾਂ ਦਾ ਵੀ ਧੰਨਵਾਦ ਹੈ ਵੀਰ ਅਤੇ ਬੱਚਾ ਹਜੇ ਤੀਕਰ ਜਿਹੜਾ ਕਿ ਬੈਠਾ ਆਪਣੇ ਸਾਹਮਣੇ ਨਹੀਂ ਤਾਂ ਇੰਨੀ ਸਰਦੀ ਗਰਮੀ ਨਿਕਲ ਕੇ ਗਈ ਆ ਡੇਢ ਦੋ ਸਾਲਾਂ ਤੋਂ ਇਸ ਉਮਰ ਦੇ ਵਿੱਚ ਸੜਕਾਂ 'ਤੇ ਦੁਬਾਰ ਸਾਲ ਦੇ ਵਿੱਚ ਰਹਿਣਾ ਬੜੀ ਮੁਸ਼ਕਲ ਆ ਅਤੇ ਧੰਨਵਾਦ ਇਹਨਾਂ ਵੀਰਾਂ ਦਾ ਮਾਤਾ ਜੀ ਉਹਨਾਂ ਦਾ ਜਾਂ ਭੈਣ ਦਾ ਇਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਅਤੇ ਹੁਣ ਅਸੀਂ ਇੱਥੇ ਪਹੁੰਚੇ ਹਾਂ ਲਾਂਡੋਵਾਲ ਰੋਡ ਦੇ ਉੱਪਰ ਅਤੇ ਵੀਰ ਨੂੰ ਲੈ ਕੇ ਚੱਲੇ ਹਾਂ ਬੱਚੇ ਨੂੰ ਆਪਣੇ ਕੋਲ ਸੰਸਥਾ ਦੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਿਵੇਂ ਸਾਡਾ ਨੰਬਰ ਵੀ ਸਾਰੇ ਤੁਸੀਂ ਜਾਣਦੇ ਹੋ 97803 ਨੰਬਰ ਆ ਜੀ ਸਾਡਾ ਅਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅਸੀਂ ਇਹਦਾ ਵੀਰ ਦਾ ਘਰ ਲੱਭਣ ਦੀ ਕੋਸ਼ਿਸ਼ ਕਰਾਂਗੇ ਅਤੇ ਇਹਨੂੰ ਰੀਹੈਬਿਲਿਟੇਟ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਨੋਰਮਲ ਜ਼ਿੰਦਗੀ ਜਿਉ ਸਕੇ ਇਹਦਾ ਇਲਾਜ ਜੇ ਇਹਨੂੰ ਮੈਂਟਲੀ ਪ੍ਰੋਬਲਮ ਆ ਜਾਂ ਜੋ ਵੀ ਕੋਈ ਹੈਗੀ ਆ ਤਕਲੀਫ ਇਹਦੀ ਉਹਦਾ ਇਲਾਜ ਕਰਵਾਇਆ ਜਾਊਗਾ ਜੀ ਸੱਚੇ ਪਾਤਸ਼ਾਹ ਮਿਹਰ ਕਰਨ ਇਹ ਵੀਰ ਦਾ ਪਰਿਵਾਰ ਲੱਭ ਜਾਵੇ ਤੁਸੀਂ ਸਾਰੇ ਵੀਰ ਅਤੇ ਭੈਣ ਦੇਖ ਹੀ ਸਕਦੇ ਹੋ ਬਿਲਕੁਲ ਨੇੜੇ ਤੋਂ ਇਸ ਤਰ੍ਹਾਂ ਦੇ ਜੇ ਕੋਈ ਵੀਰ ਜਾਂ ਭੈਣ ਇਹਨੂੰ ਪਛਾਣਦਾ ਹੋਵੇ ਤਾਂ ਉਹ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਜੀ ਅਤੇ ਸੱਚੇ ਪਾਤਸ਼ਾਹ ਮਿਹਰ ਕਰਨ ਜੀ ਇਹ ਬੱਚਾ ਆਪਣੇ ਪਰਿਵਾਰ 'ਚ ਪਹੁੰਚ ਸਕੇ ਜੀ ਅਤੇ ਜੇ ਤਾਂ ਇਹ ਪੰਜਾਬ ਦਾ ਹੈਗਾ ਤਾਂ ਜ਼ਰੂਰ ਅਸੀਂ ਸੱਚੇ ਪਾਤਸ਼ਾਹ ਕਿਰਦਾਰ ਕਰਦੇ ਹਾਂ ਛੇਤੀ ਤੋਂ ਛੇਤੀ ਪਰਿਵਾਰ 'ਚ ਪਹੁੰਚੇ ਜੇ ਹੋਰ ਕਿਸੇ ਅਦਰ ਸਟੇਟ ਦਾ ਹੈਗਾ ਉਹਦੀ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਵੈਬਸਾਈਟ ਰਾਹੀਂ ਯੂਪੀ ਜਾਂ ਜਿੱਥੋਂ ਦਾ ਵੀ ਇਹ ਦੱਸਦਾ ਵੀਰ ਵੀ ਉੱਥੋਂ ਦੀ ਅਸੀਂ ਕੰਟੈਕਟ ਕਰਾਂਗੇ ਉਹਨਾਂ ਨਾਲ ਅਤੇ ਇਹਨਾਂ ਨੂੰ ਪਰਿਵਾਰ ਦੇ ਵਿੱਚ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਗੁਰੂ ਮਹਾਰਾਜ ਇਹ ਅਰਦਾਸ ਕਰਦੇ ਹਾਂ ਸੰਗਤਾਂ ਅੱਗੇ ਵੀ ਅਰਦਾਸ ਕਰਦੇ ਹਾਂ ਵੀ ਜ਼ਰੂਰ ਅਰਦਾਸ ਕਰੋ ਵੀ ਵੀਰ ਘਰੇ ਪਹੁੰਚ ਸਕੇ ਜੀ ਇਹਦੇ ਵਾਸਤੇ ਅਰਦਾਸ ਜ਼ਰੂਰ ਕਰੋ ਜੀ ਅਤੇ ਇੰਨੀ ਜਾਣਕਾਰੀ ਦੇਣੀ ਸੀ ਅਸੀਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸਟੈਡੀ ਤੋਂ ਅਸੀਂ ਪਹੁੰਚੇ ਸੀ ਇੱਥੇ ਲੈਣ ਦੀ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਦੇ ਵੀ ਬੋਲਿਆ ਅਰਥ ਨਹੀਂ ਬਣਦਾ।